6 ਮਾਰਚ ਨੂੰ ਕਿਸਾਨਾਂ ਦਾ ਦਿੱਲੀ ਕੂਚ ਹੈ। ਆਪਣੇ ਕਹੇ ਮੁਤਾਬਕ ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਹੀ ਦਿੱਲੀ ਵੱਲ ਨੂੰ ਵਧਣਗੇ, ਪਰ ਇਸ ਤੋਂ ਪਹਿਲਾਂ ਇਸ ਮੋਰਚੇ ਦੀ ਅਗਵਾਈ ਕਰ ਰਹੇ ਆਗੂ ਸਰਵਨ ਸਿੰਘ ਪੰਦੇ ਦਰਬਾਰ ਸਾਹਿਬ ਪਹੁੰਚੇ ਨੇ, ਕਿਸਾਨੀ ਅੰਦੋਲਨ ਦੀ ਜਿੱਤ ਦੇ ਲਈ ਅਰਦਾਸ ਕੀਤੀ ਹੈ। ਸਰਵਨ ਪੰਦੇਰ ਕਹਿ ਰਹੇ ਨੇ ਕਿ ਉਹ ਆਪਣੀਆਂ ਹੱਕੀ ਮੰਗਾਂ ਮਨਵਾ ਕੇ ਹੀ ਵਾਪਸ ਪਰਤਣਗੇ। ਸਰਕਾਰ ਦੀ ਮਨਸ਼ਾ ਸਹੀ ਹੈ ਤਾਂ ਪਹਿਲਾਂ ਹੀ ਐਲਾਨ ਕਰੇ, ਨਹੀਂ ਤਾਂ ਉਹ ਦਿੱਲੀ ਜੰਤਰ ਮੰਤਰ ਜਾ ਕੇ ਹੀ ਰਹਿਣਗੇ। ਵੇਖੋ, ਅੱਜ ਆਪਾਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਮੋਰਚਾ 22ਵੇਂ ਦਿਨ 'ਚ ਆਪਣਾ ਚੱਲ ਰਿਹਾ ਵਾ, ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਹਾਂ। ਔਰ ਸਾਨੂੰ ਆਸ ਆ ਜਿਸ ਹਿਸਾਬ ਨਾਲ ਇਹ ਮੋਰਚਾ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਵਾ ਔਰ ਮੋਰਚਾ ਆਪਣੀਆਂ ਬੁਲੰਦੀਆਂ ਨੂੰ ਛੂ ਰਿਹਾ ਵਾ, ਸਰਕਾਰ ਲੱਖ ਕੋਸ਼ਿਸ਼ਾਂ ਵੀ ਕਰ ਲਵੇ, ਜਿਸ ਕਿਸਮ ਦਾ ਮਰਜ਼ੀ ਦੁਸ਼ਪ੍ਰਚਾਰ ਕੇਂਦਰ ਦੀ ਸਰਕਾਰ ਕਰ ਲਵੇ, ਕਿਸਾਨ ਮਜ਼ਦੂਰ ਇਹ ਮੋਰਚੇ ਦੇ ਵਿੱਚੋਂ ਕਿਸਾਨਾਂ ਮਜ਼ਦੂਰਾਂ ਵਾਸਤੇ ਕੁਛ ਨਾ ਕੁਛ ਰਿਜ਼ਲਟ ਕੱਢ ਕੇ ਆਉਣਗੇ। ਇਸ ਕਰਕੇ ਦਰਬਾਰ ਸਾਹਿਬ ਪਹੁੰਚੇ ਹਾਂ ਵੀ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਅੱਗੇ ਅਰਦਾਸ ਕਰਨੀ ਹੈ। ਇੱਕ ਕਾਲ ਦਿੱਤੀ ਗਈ ਤੁਹਾਡੇ ਵੱਲੋਂ ਕੱਲ੍ਹ ਦੀ ਜਿਹੜੀ ਦਿੱਲੀ ਬੱਸਾਂ ਰਾਹੀਂ ਟ੍ਰੇਨਾਂ ਰਾਹੀਂ ਜਾਣ ਦੀ? ਦੇਖੋ, ਉਹ ਸਾਡੀ ਕਾਲ ਜਿਹੜੇ ਦੇਸ਼ ਦੇ ਹੋਰ ਸੂਬੇ ਨੇ ਜਿਹੜੇ ਟਰੈਕਟਰ ਟਰੋਲੀਆਂ ਰਾਹੀਂ ਜਾ ਨਹੀਂ ਸਕਦੇ, ਸਰਕਾਰ ਕਹਿੰਦੀ ਆ ਵੀ ਟਰੈਕਟਰ ਟਰੋਲੀਆਂ ਤੋਂ ਬਗੈਰ ਆ ਜਾਓ, ਉਹ ਉਹਨਾਂ ਦੀ ਸਥਿਤੀ ਇਹੋ ਜਿਹੀ ਹੈਗੀ ਆ ਵੀ ਜਾਂ ਤਾਂ ਉਹ ਰੇਲਾਂ ਰਾਹੀਂ ਆਉਣਗੇ, ਜਾਂ ਬੱਸ ਆਊਗੀ, ਜਾਂ ਪੈਦਲ ਵੀ ਆ ਸਕਦੇ ਆ। ਤਾਂ ਉਹ ਜਾਣਗੇ ਜੰਤਰ ਮੰਤਰ 'ਤੇ, ਸਾਡਾ ਐਲਾਨ ਆ ਗਿਆ। ਜੇ ਵਾਕਿਆ ਕੇਂਦਰ ਸੱਚਾ ਵਾ ਅਤੇ ਮੋਦੀ ਸਰਕਾਰ ਬਿਆਨ ਦੇਵੇ ਵੀ ਕੋਈ ਨਹੀਂ, ਜਿਹੜੇ ਬਗੈਰ ਮਤਲਬ ਟਰੈਕਟਰ ਟਰਾਲੀਆਂ ਤੋਂ ਹੋਰਨਾਂ ਸੂਬਿਆਂ ਤੋਂ ਕਿਸਾਨ ਆਉਣਗੇ ਤਾਂ ਉਹਨਾਂ ਨੂੰ ਜਿਹੜਾ ਅਸੀਂ ਜੰਤਰ ਮੰਤਰ 'ਤੇ ਧਰਨਾ ਲੱਗਣ ਦਿਆਂਗੇ। ਜਿਹੜੇ ਸਾਡੇ ਮੋਰਚੇ ਚੱਲ ਰਹੇ ਉਹ ਇੱਥੇ ਇਸੇ ਤਰ੍ਹਾਂ ਚੱਲਦੇ ਰਹਿਣਗੇ, ਅਸੀਂ ਉਨੀ ਦੇਰ ਤੱਕ ਇਹਨਾਂ ਮੋਰਚਿਆਂ 'ਚ ਡਟਾਂਗੇ ਜਦੋਂ ਤੱਕ ਕੇਂਦਰ ਰਾਹ ਨਹੀਂ ਖੋਲ੍ਹ ਦਿੰਦਾ ਹੈਗਾ।